ਤਰਨਤਾਰਨ ਵਿਖੇ ਪ੍ਰਾਈਵੇਟ ਮਿੰਨੀ ਬੱਸ ਅਤੇ ਪੰਜਾਬ ਰੋਡਵੇਜ਼ ਅਧਿਕਾਰੀਆਂ ਵਿੱਚ ਬੱਸ ਅੱਡੇ ਦੀ ਪਰਚੀ 'ਚ ਵਾਧੇ ਨੂੰ ਲੈ ਕੇ ਚੱਲ ਰਹੀ ਖਿੱਚਾਤਾਣ ਦਾ ਅੱਜ ਤਰਨਤਾਰਨ ਦੇ ਜ਼ਿਲ੍ਹਾ ਟਰਾਂਸਪੋਰਟ ਅਫਸਰ ਰਜਨੀਸ਼ ਅਰੋੜਾ ਨੇ ਨਿਪਟਾਰਾ ਕਰ ਦਿੱਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਟਰਾਂਸਪੋਰਟ ਅਫਸਰ ਰਜਨੀਸ਼ ਅਰੋੜਾ ਨੇ ਦੱਸਿਆ ਕਿ ਬੀਤੇ ਦਿਨ ਵਿਖੇ ਪ੍ਰਾਈਵੇਟ ਮਿੰਨੀ ਬੱਸ ਅਤੇ ਪੰਜਾਬ ਰੋਡਵੇਜ਼ ਅਧਿਕਾਰੀਆਂ ਵਿੱਚ ਬੱਸ ਅੱਡੇ ਦੀ ਪਰਚੀ ਦੇ ਵਾਧੇ 'ਚ ਲੈ ਕੇ ਰੋਸ ਮੁਜ਼ਾਹਰਾ ਅਤੇ ਧਰਨਾ ਕੀਤਾ ਗਿਆ ਸੀ। ਇਸ ਸੰਬੰਧ ਵਿੱਚ ਤਰਨ ਤਾਰਨ ਦੇ DC ਵੱਲੋਂ 2 ਮੈਂਬਰੀ ਕਮੇਟੀ ਤਿਆਰ ਕੀਤੀ ਗਈ ਸੀ, ਜਿਸ ਵਿੱਚ ਪੰਜਾਬ ਰੋਡਵੇਜ਼ ਦੇ GM ਅਤੇ DTO ਨੂੰ ਕਮੇਟੀ ਮੈਂਬਰ ਬਣਾਇਆ ਗਿਆ ਸੀ। ਉਹਨਾਂ ਦੱਸਿਆ ਕਿ ਅੱਜ ਇਹਨਾਂ ਦੋਵਾਂ ਧਿਰਾਂ ਦਾ ਰਾਜੀਨਾਮਾ ਕਰਵਾ ਦਿੱਤਾ ਗਿਆ ਹੈ ਅਤੇ ਇਸ ਦੀ ਰਿਪੋਰਟ DC ਸਾਹਿਬ ਨੂੰ ਪੇਸ਼ ਕੀਤੀ ਜਾ ਰਹੀ ਹੈ। ਅਸੀਂ ਮਿੰਨੀ ਬੱਸ ਦਾ 10 ਤੋਂ ਵਧਾ ਕੇ 15 ਪ੍ਰਪੋਜ਼ ਕਰ ਰਹੇ ਹਾਂ ਜੀ ਸਭ ਕਮੇਟੀ ਵਿੱਚ, ਅਤੇ ਜਿਹੜਾ ਦੂਜੇ ਦਾ ਉਹ 25 ਤੋਂ ਵਧਾ ਕੇ ਇੱਥੇ ਕਰਦੇ ਉਹਦੇ ਵਾਸਤੇ ਵੀ ਰਿਪੋਰਟ DC ਨੂੰ ਪੇਸ਼ ਕਰ ਰਹੇ ਹਾਂ। ਉਹਨਾਂ ਨੇ ਇਹ ਕਹਿਣਾ ਸੀ ਕਿ ਜਿਹੜਾ ਕਮਰਾ ਬਣਿਆ ਵੇ ਉਹ ਉਹਨਾਂ ਦੇ ਆਪਣੇ ਖਰਚੇ 'ਤੇ ਬਣਿਆ ਵੇ, ਅਤੇ ਅਸੀਂ ਸਰਕਾਰ ਨੂੰ DC ਨੂੰ ਪ੍ਰਪੋਜ਼ ਕਰਾਂਗੇ ਵੀ ਜੇ ਉਹ ਕਮਰਾ ਉਹਨਾਂ ਨੂੰ ਦੇਣਾ ਵੇ ਅਤੇ ਜੇ ਉਹ ਵੀ ਉਹ ਵਾਜਬ ਕਿਰਾਇਆ ਬਣਦਾ ਵੇ, ਕਿਉਂਕਿ ਵੇਖੋ ਜੇ 130 ਮਿੰਨੀ ਬੱਸਾਂ ਚੱਲਦੀਆਂ ਸਾਡੇ ਦੇ ਵਿੱਚ, ਆਫਟਰ ਜੇ ਕੋਈ ਮਿੰਨੀ ਬੱਸ ਲਾਉਂਦਾ ਉਹਨੂੰ ਬਹਿਣਾ ਸਕੋ ਜਗ੍ਹਾ 'ਤੇ, ਸਰਕਾਰ ਦਾ ਖੁਦ ਬੰਦਾ ਦੇਣਾ ਚਾਹੀਦਾ ਉਹਨੂੰ ਵੱਡਾ ਫੀਸ ਲੈਂਦੇ ਹਾਂ, ਅਤੇ ਉਹਨਾਂ ਨੂੰ ਜੇ ਕੋਈ ਕਮਰਾ ਕਿਰਾਏ ਦੇ ਕੋਈ ਇੱਦਾਂ ਦੇ ਕੋਈ ਰੂਲ ਪ੍ਰੋਵੀਜ਼ਨ ਹੈਗੀ ਰੂਲਾਂ ਦੇ ਵਿੱਚ, ਅਤੇ ਜੋ ਕਿਰਾਇਆ ਬਣਦਾ ਉਹਦਾ ਲੈ ਕੇ ਉਹਨਾਂ ਨੂੰ ਪਰਚੀ ਸੀ ਨਾ ਇਹਨਾਂ 10 ਤੋਂ 20 ਕਰਤੀ ਸੀ ਅਤੇ ਵੱਡੀ ਬੱਸ ਦੇ 20 ਤੋਂ 40 ਕਰਤੀ ਆਪਣੀ ਮਰਜ਼ੀ ਨਾਲ ਹੀ। ਉਹ ਫਿਰ DC ਸਾਹਿਬ ਨੂੰ ਜਾ ਕੇ ਅਸੀਂ ਮਿਲੇ, DC ਸਾਹਿਬ ਨੇ ਸਾਨੂੰ ਵਿਸ਼ਵਾਸ ਦਵਾਇਆ ਵੀ ਤੁਹਾਡਾ ਵੇਖ ਕੇ ਫੈਸਲਾ ਕਰਵਾਵਾਂਗੇ। ਉਹ DTO ਸਾਹਿਬ ਦੀ ਉਹਦੀ ਲਾਤੀ ਆਪਣੇ ਜ਼ਿੰਮੇਵਾਰੀ ਅਤੇ GM ਸਾਹਿਬ ਦੀ ਦੋਵਾਂ ਦੀ ਜ਼ਿੰਮੇਵਾਰੀ ਲਾਤੀ। ਉਹਨਾਂ ਬਾਅਦ ਸਾਨੂੰ ਵਹਾ ਕੇ 15 ਰੁਪਏ ਮਿੰਨੀ ਬੱਸ ਦੀ ਕਰਾਤੀ ਆ ਅਤੇ 30 ਰੁਪਏ ਵੱਡੀ ਬੱਸ ਦੀ ਕਰਤੀ। ਅਤੇ ਅਸੀਂ ਇਹਨਾਂ ਸਾਰੇ ਭਰਾ ਸੰਤੁਸ਼ਟ ਆ, ਸਹਿਮਤ ਹਾਂ ਅਤੇ ਜੋ ਕੀਤਾ DTO ਸਾਹਿਬ ਨੇ ਸਹੀ ਕੀਤਾ। ਅਸੀਂ ਧੰਨਵਾਦ ਦੀਏ DTO ਸਾਹਿਬ ਦਾ, ਲਵਾਂਗੇ ਉਹ ਧਰਨਾ ਲਵਾਂਗੇ ਅਤੇ ਫਿਰ DC ਸਾਹਿਬ ਕੋਲ ਜਾਵਾਂਗੇ।